ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ 8 ਫੇਸ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਕਾਰ ਦੇ ਵਿੱਚ ਕਲੱਬ ਤੋਂ ਆ ਰਹੇ ਮੁੰਡੇ ਕੁੜੀਆਂ ਨੇ ਸਕੂਟੀ ਸਵਾਰ ਵਿਅਕਤੀ ਨੂੰ ਆਪਣੀ ਗੱਡੀ ਹੇਠਾਂ ਲੈ ਲਿਆ ਤੇ ਘੜੀਸ ਕੇ ਦੂਰ ਲੈ ਗਏ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਦੇਖੋ ਆਖਿਰ ਕੀ ਹੋਇਆ। ਆ ਗੱਡੀ ਜੀ ਬਹੁਤ ਸਪੀਡ ਤੇ ਆ ਰਹੀ ਸੀਗੀ ਤੇ ਉਹ ਆਪਣਾ ਸਰਦਾਰ ਜੀ ਪੂਰੀ ਸੇਵਾ ਗੁਰਦੁਆਰਿਆਂ ਕਰਕੇ ਉੱਥੋਂ ਮੁੜ ਕੇ ਇੱਧਰ ਨੂੰ ਆ ਰਹੇ ਸੀਗੇ ਤੇ ਇਹਨਾਂ ਨੇ ਕਲੱਬ 'ਚੋਂ ਆਏ ਨੇ ਜੋ ਚੀਜ਼ਾਂ ਕਿ ਇਹਨਾਂ ਨੇ ਦੱਸਿਆ ਤੇ 3 ਕੁੜੀਆਂ ਸੀ ਜੀ, 4 ਮੁੰਡੇ ਨੇ ਜਿਹੜੇ ਕਿ ਪੁਲਿਸ ਵਾਲਿਆਂ ਨੇ ਗੱਡੀ 'ਚ ਭਾਏ ਹੋਏ ਨੇ ਤੇ ਇਹਨਾਂ ਨੇ ਉੱਥੇ ਐਕਸੀਡੈਂਟ ਹੋਇਆ ਜੀ ਚੌਂਕ ਦੇ ਘੱਟੋ ਘੱਟ ਬਿਲਕੁਲ ਨਹੀਂ ਲੈਟਾਂ ਦੇ ਐਗਜੈਕਟ ਉੱਥੋਂ ਦੀ 4-5 ਕਿੱਲੇ ਇੱਥੇ ਦੂਰ ਘਸੀੜਦੇ ਗੱਡੀ ਦੇ ਥੱਲੋਂ ਅਸੀਂ ਗੱਡੀ ਚੱਕ ਕੇ 300 ਮੀਟਰ ਦੂਰੀ ਆਪਣੇ ਤੋਂ ਬਣ ਗਈ ਹੈ। ਇਹ ਗੱਡੀ ਚਾਲਕ ਕਿਹੜੇ ਕਾਰ ਵਾਲਾ? 3 ਮੁੰਡੇ ਸੀ ਜੀ, 4 ਕੁੜੀਆਂ, 4 ਕੁੜੀਆਂ ਇੱਧਰ ਨੂੰ ਘੜ ਗਈਆਂ, ਭੱਜ ਗਈਆਂ ਜਦੋਂ ਤੇ 3 ਮੁੰਡਿਆਂ ਨੇ ਪਿੱਛਾ ਕਰਕੇ ਇੱਥੇ ਬਣੀਆਂ ਉੱਥੇ ਪਾ ਲਈਆਂ। ਹਾਂਜੀ, ਪੁਲਿਸ ਨੂੰ ਫੋਨ ਕੀਤਾ, ਪੁਲਿਸ ਘੱਟੋ ਘੱਟ ਵੀ 2 ਘੰਟੇ ਬਾਅਦ ਕਾਰ ਚਾਲਕ ਓਹਦੀ ਪਹਿਚਾਣ ਕੀ ਹੈ, ਗੱਡੀ ਨੰਬਰ ਕੀ ਹੈ ਕਾਰ ਦਾ? ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ। ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।